नहीं माशाल्लाह 10-15 बच्चे इजीली खा लेंगे। माशाल्लाह माशाल्लाह साढ़े ना बिस्मिल्लाहिर्रहमानिर्रहीम अस्सलाम वालेकुम प्यारे भैन भाओ की हाल चाल थोड़ा उम्मीद है कि तुम सारे अल्लाह के फजल करम के नाल बिल्कुल ठीक ठाक हो गए। अल्लाह पाक हमेशा खुश रखे आमीन सुम आमीन। इसे प्यारी जी दुआ के नाल अज की मज़ेदार करते हैं वीडियो का आगाज़। वीडियो के आगाज़ से पहले जो भैन भरा ने अजे तीन साढ़े चैनल में सबसक्राइब नहीं किया काइंडली सबसक्राइब कर लो तो नाले बैल का बटन भी प्रेस कर लो ताकि साड़ी हर आने वाली वीडियो पर वक्त भैन भरावान तक पहुँच सके। अच्छा जी अज का ब्लॉग कुछ इस तरह का होने वाला कि सुबह का टाइम है तो हजे कि मजे की कमा गल अच्छा अच्छा रोटी खा लेंदा ਬੋਟੀ ਨਾ ਵੀ ਖਾਵੇ ਨਾ ਛੋਰੇ ਨੂੰ ਰੋਟੀ ਖਾ ਕੇ ਬੱਚਾ ਨੂੰ ਸਵਾ ਲੈਂਦਾ ਆਪੀ ਵੀ ਸੋ ਜਾਂਦਾ ਤੇ ਜੇ ਛੋਰਾ ਨਹੀਂ ਬਣਾਉਂਦੇ ਹਾਂ ਹੁਣ ਨਿਬੜਦੇ ਬੋਟੀਆਂ ਨਾਲ ਹਾਂ ਹਾਂ ਦੁਪਹਿਰ ਦਾ ਟਾਈਮ ਤੇ ਅਸੀਂ ਅੱਜ ਬਣਾਉਨੇ ਆ ਚਾਵਲ ਤੇ ਦੇਖਦੇ ਆ ਸਮੈਰਾ ਕਿਹੜੇ ਬਣਾਉਂਦੀ ਹੈ ਮਿੱਠੇ ਬਣਾਉਂਦੀ ਹੈ ਲੂਣੇ ਬਣਾਉਂਦੀ ਹੈ ਜਾਂ ਫਿਰ ਆਲੂ ਪਲਾਉ ਬਣਾਉਂਦੀ ਹੈ ਲੂਣੇ ਲੈ ਆਏ ਮੈਂ ਅਸੀਂ ਅੱਛਾ ਅੱਛਾ ਜੀ ਨਿਆਣਿਆਂ ਦੀ ਫਰਮਾਇਸ਼ ਹੈ ਕਿ ਲੂਣਾ ਹੀ ਹੈ ਲੂਣੇ ਲੈ ਆਏ ਤੁਸੀਂ ਤੇ ਲੈ ਆਏ ਅਸੀਂ ਗੋੜ ਵਾਲੇ ਵੀ ਆ ਕਿਉਂਕਿ ਗੋੜ ਵੀ ਲਿਆਇਆ ਸੀ ਨਾਲ लूने बनाने के मिठे बनाने मिठे बनाने के लूने बनाने चलो तो टोकरी आलू पाने वास्ते ਅਸੀਂ ਆਲੂ ਕੱਲ ਲਿਆਂਦੇ ਸੀਗੇ ਤਕਰੀਬਨ 5 ਕੇ ਦੀ ਸਸਤੇ ਲੱਗ ਗਏ ਸੀਗੇ ਵਿੱਚ ਆਲੂ ਪਾਣੇ ਚਲੋ 4 ਦਿਨ ਨਾ ਹਾਂ ਆਲੂ ਪਲਾਉ ਬਣਾਵਾਂ 4 ਦਿਨ ਉਹ ਸਾਰੇ ਨਮਕੀਨ ਕਹਿੰਦੇ ਕੋਈ ਵੀ ਨਹੀਂ ਕਹਿੰਦਾ ਆ ਸੁਭਾਨ ਵੀ ਹੁਣ ਕਹਿੰਦੇ ਨਮਕੀਨ ਉਹ ਕਹਿੰਦਾ ਲੂਣੇ 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 ਲਿਆਏ ਸੀ ਕਹਿੰਦਾ ਕਹਿੰਦੇ ਲਿਆਏ ਸੀਗੇ ਲੂਣੇ ਲਿਆਏ ਲੂਣੇ ਲਿਆਏ ਸੀਗੇ ਕਹਿੰਦਾ ਚੋੜਦਾ ਚਲੋ ਚਲੋ ਮੈਂ ਪਕਾ ਲੈਣੀ ਜਿੰਨ ਚ ਬੱਚੇ ਜਿਵੇਂ ਅੱਛਾ ਜੀ ਬੱਤਲ ਸਾਰੇ ਧੋ ਲਏ ਹਾਂ ਤੇ ਹੁਣ ਸਫਾਈ ਵੀ ਕਰ ਲਈ ਹੈ ਅੱਗ ਮੈਂ ਬਾਲ ਕੇ ਬੈਠਾ ਥੋੜਾ ਜਿਹਾ ਬਣਿਆ ਹੋਇਆ ਮੇਰੀ ਤਰਫੋਂ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਜੁਮਾ ਮੁਬਾਰਕ ਅੱਲਾਹ ਪਾਕ ਦੀ ਜ਼ਾਤ ਜੁਮੇ ਦੇ ਸਦਕੇ ਮੇਰੀ ਜਿਸ ਭੈਣ ਨੇ ਸਾਡੇ ਬੱਚੇ ਲਈ ਇੰਨਾ ਸੋਚਿਆ ਉਹਦਾ ਤੇ ਸਾਰੇ ਭੈਣਾਂ ਭਰਾਵਾਂ ਦਾ ਅੱਲਾਹ ਭਲਾ ਕਰੇ ਅੱਲਾਹ ਪਾਕ ਦੀ ਜ਼ਾਤ ਸਭ ਤੇ ਮੁਸ਼ਕਲਾਂ ਆਸਾਨ ਕਰੇ ਸਭ ਨੂੰ ਬਹੁਤਾ ਦੇਵੇ ਤੇ ਅੱਲਾਹ ਖੈਰ ਕਰੇ ਜੁਮੇ ਦੇ ਸਦਕੇ ਅੱਲਾਹ ਮੇਰੇ ਤਮਾਮ ਭੈਣਾਂ ਭਰਾਵਾਂ ਦੀ ਦੁਆਵਾਂ ਕਬੂਲ ਕਰੇ ਕਮੀਆਂ ਬੇਸ਼ੀਆਂ ਦੂਰ ਕਰੇ ਤੇ ਅਸੀਂ ਚੱਲਦੇ ਹੁਣ ਪਲਾਉ ਦੀ ਤਰਫ ਇਹ ਬਣਾਉਂਦੇ ਆ ਨਾਲੇ ਬੱਚਿਆਂ ਨੂੰ ਖਾਣੇ ਆ ਨਾਲੇ ਆਪ ਖਾਣੇ ਆ ਸਹੀ ਹੈ ਨਾ ਸਹੀ ਚਲੋ ਜੀ ਅੱਲਾ ਖੈਰ ਕਰੇ ਬਿਸਮਿਲ੍ਲਾ ਪੜ ਕੇ ਨਾ ਸ਼ੁਰੂ ਹੋ ਜੀਏ ਉੱਤੋਂ ਸ਼ੈਮਾ ਸ਼ੁਰੂ ਲਾ ਲਓ ਮੈਂ ਸਾਰੇ ਆਲੂ ਟੋਕਰੀਆਂ ਲਸਣ ਪਿਆਜ਼ ਪਟੇ ਜੀ ਤੇ ਆਲੂ ਲਾ ਲਵਾਂ ਨਾ ਸਾਰੇ ਹੈ ਪਟੇ ਜੀ ਤੇ ਆਲੂ ਲਾ ਲਵਾਂ ਨਾ ਸਾਰੇ ਜਿਹਨਾਂ ਚ ਉਹਨੇ ਦਤਨੀ ਦਤਰੀਆਂ ਮਾਰੀਆਂ ਹੋਈਆਂ ਪਟਣ ਲੱਗਿਆ ਹੋ ਜਾਂਦਾ ਨਾ ਪਟਣ ਲੱਗਿਆ ਹੋ ਜਾਂਦਾ ਨਾ ਵਾਦਾ ਘਟ ਨਹੀਂ ਤਾਂ ਦੇ ਤਾਂ ਸਹੀ ਰਹਿੰਦੇ ਨਾ ਫਿਰ ਉਹ ਕਾਲੇ ਜੇ ਫਿਰ ਜਾਂਦੇ ਮੁੜ ਕੇ ਪੇ ਰਹਿਣ ਉਹਨਾਂ ਨੂੰ ਅੱਛਾ ਜੀ ਆਲੂ ਨੂੰ ਇੱਕ ਵਾਰੀ ਫਰਾਈ ਕਰ ਲਈਏ ਧੋ ਲਈਏ ਧੋਈ ਕਰ ਲਈਏ ਹਾਂ ਫਰਾਈ ਇਹਨਾਂ ਨੂੰ ਮਿੱਟੀ ਮਿੱਟੀ ਧੋ ਜੀਗੀ ਨਾ ਤੇ ਨਾਲੇ ਟਿੱਕੀ ਨੂੰ ਵੀ ਸੁੱਕੇ ਅੱਛਾ ਜੀ ਦੇਖ ਲਓ ਜੀ ਦੁਪਹਿਰ ਹੋ ਗਈ ਅਜੇ ਤਾਂ ਧੁੰਦ ਨਹੀਂ ਨਿਕਲੀ ਧੁੰਦ ਨਹੀਂ ਆਸੇ ਪਾਸੇ ਗਈ ਨਾ ਧੁੱਪ ਨਿਕਲੀ ਉੱਤੇ ਹੈਗਾ ਬੱਦਲ ਬੱਦਲ ਸੱਚੀ ਸਾਰੀ ਦਿਹਾੜੀ ਅੱਜ ਦਾ ਵਾ कोई हालात नहीं पा के मैं देसी घीते रख दी है तो प्याज कट के रखे हुआ जे मैं अल्लाह खैर करके थोड़ा जहा गर्म हो जाता तो बिच प्याज पानी हाँ बिस्मिल्लाहिर्रहमानिर्रहीम घ्यो सा तकरीबन गर्म ही है हजी हरी मिर्च टमाटर भी कट लिया ये भी पानी है हरी मिर्च टमाटर बिच पाता तो चावल मैं भेज के रख ले टाइम दे आलू पुलाव बनाना हाँ जी तो बिच असी पाने आलू तो आलू सुमेरा कट्टन लगी मसाला तकरीबन तैयार हो चलिया अग देख लो जी देसी चूल्हा देसी चूल्हा देसी स्टाइल ते हो गया है ठंडा मीठा या मौसम है अच्छा जी माशाल्लाह ताड़ा मसाला मसाला तैयार हो गया दो किलो चावल है तो मैं अग भी मसाला में फिर के ते काट ले तो ना मैं जरा लोनी है तो फिर पानी है पानी चावल किथे चावल में पे के रखे चक्कर आए हां चावल में साफ सुथरे कर चावल अच्छे माशाल्लाह अच्छे चावल ले आंदे हैं चेक करो चावल किदा ने अच्छा किधर गया
ਉਹਨੇ ਕਿਹਨੇ ਬੰਦ ਕੀਤੀ? ਅੱਛਾ ਜੀ, ਸੁਬਾਹ ਨੂੰ ਉਸ ਅੰਦਰ ਡੱਕਿਆ ਕਿਸੇ ਨੇ ਅਤੇ ਨਿਆਣੇ ਨੇ ਕੀਤੀ ਹੋਣੀ। ਇਹ ਕਿੱਦਾਂ ਨਹੀਂ ਆਇਆ ਤੂੰ? ਓਏ ਮਿੱਟੀ ਮੂੰਹ 'ਚ ਲੈ ਮਾਰੀ ਤੂੰ ਤਾਂ। ਹੁਣ ਪਾਣੀ ਦੀ ਵਾਰੀ ਆ ਗਈ, ਮਸਾਲਾ ਸਾਡਾ ਭੁੱਜ ਗਿਆ ਸੀਗਾ ਅਤੇ ਪਾਣੀ ਤੈਨੂੰ ਪਤਾ ਕਿਵੇਂ ਪਾਉਣਾ, ਘੱਟ ਪਵੇ ਵੱਧ ਨਾ ਪਵੇ। 2 ਕੇਜੀ ਸਾਡੇ ਕੋਲ ਚਾਵਲ ਆ ਅਤੇ 2 ਕੇਜੀ ਚਾਵਲ ਪਕਾਉਣੇ ਅਤੇ ਦੇਖੀਏ ਵੀ ਸਮੈਰਾ ਦੀ ਕਿੱਦਾਂ ਦੀ ਕੁਕਿੰਗ ਰਹਿੰਦੀ ਹੈ ਅੱਜ ਕੀ। ਅੱਗੇ ਤਾਂ ਸਹੀ ਰਹਿ ਜਾਂਦੀ, 2 ਕੇਜੀ ਨਹੀਂ ਪਕਾਇਆ ਕਦੀ ਵੀ। ਬਹੁਤ ਵੱਡੀ ਛਾਇਆ, ਪਤਾ ਲੱਗ ਜੂਗਾ ਨਾ। ਧੂਆ ਸਾਡੇ ਕੋਲ ਬਹੁਤ ਜ਼ਿਆਦਾ ਪਿਆ ਕਿਉਂਕਿ ਸਾਡੀ ਅੱਗ ਬੁਝ ਗਈ ਸੀ, ਕਿਉਂਕਿ ਧੋਂਦੇ ਸਵੇਰ ਦੀ ਲੱਥੀ ਨਹੀਂ, ਇਸ ਕਰਕੇ ਛਿੱਟੀਆਂ ਹੋ ਗਈਆਂ ਸੀ ਸਾਡੀਆਂ ਗਿੱਲੀਆਂ। ਅਤੇ ਬਣਾਉਣਾ ਸੀ ਉਸ ਘਰ ਸੀ ਜਿਸ ਜੇ ਨਾ ਧੋਂਦਣਾ ਨਾ ਹੁੰਦੀ ਅਤੇ ਬਣਾਉਣੇ ਅਸੀਂ ਸਾਰਾ ਸਮਾਨ ਉਸ ਘਰ ਸੀਗਾ, ਲੇਕਿਨ ਹੁਣ ਨਾ ਮਜਬੂਰੀ ਹੈ, ਧੁੰਦ ਬਹੁਤ ਆ, ਠੰਡ ਬਹੁਤ ਆ, ਦਿਲ ਨਹੀਂ ਕਰਦਾ ਪੰਦਰਾਂ ਦਿਨ ਬਹਿ ਕੇ ਬਣਾਉਣ ਨੂੰ। ਅੱਛਾ ਜੀ, ਲੀਸ਼ਾ ਮਾਨੀ ਸੁਬਾਨ ਉਹ ਗਏ ਆ ਖੇਡਣ ਅਤੇ ਅਸੀਂ ਦੇਖ ਲਓ ਜੀ ਮਿਹਨਤ ਨੂੰ ਲੱਗੇ ਪਏ ਹਾਂ। ਅਤੇ ਲੀਸ਼ਾ ਚਾਵਲ ਖਾਣੇ ਕਿਹੜੇ ਕਰ ਲਓ ਜੀ, ਸਮਾਨ ਤੂੰ ਕਿਹੜੇ ਕਰ ਚਾਵਲ ਖਾਣੇ, ਇੱਧਰ ਆ, ਕਿਹੜੇ ਖਾਣੇ ਜੀ, ਲੂਣੇ ਮਿੱਠੇ? ਉਹ ਦੇਖ ਲਓ ਜੀ ਚਮਚੀ ਫੜੀ ਫਿਰਦਾ ਹਜੇ, ਇੱਦਾਂ ਨਹੀਂ ਕਰੀ ਦੱਸ ਨਿਸ਼ਾ, ਪਹਿਲੀ ਚੀਜ਼ਾਂ ਨਹੀਂ ਖਾਣੀ ਦੀਆਂ, ਪਹਿਲੀ ਤੁਸੀਂ ਇਹਨਾਂ ਨੂੰ ਰੱਖ ਦਿਓ, ਹਰ ਸ਼ਹਿਰ ਧੋ ਕੇ ਸਵਾਰ ਕੇ ਹਰ ਸ਼ਹਿਰ ਮਿਲੂਗੀ। ਅਸਲਾਮ ਵਾਲੇਕੁਮ ਕਰੋ ਜੀ, ਚਾਵਲ ਉਬਲ ਗਏ, ਮਸਾਲਾ ਉਬਲ ਗਿਆ ਸਾਡਾ ਅਤੇ ਸੁਮੇਰਾ ਗਈ ਆ ਚਾਵਲ ਧੋਣ, ਅਤੇ ਇੱਧਰ ਦੇਖ ਲਓ ਚਾਵਲ ਤੋਂ ਹੋ ਗਏ ਸਾਡੇ। ਠੀਕ ਹੋ ਗਿਆ, ਅਤੇ ਆ ਜਾਓ ਬਸ, ਅਤੇ ਫਿਰ ਉੱਧਰੋਂ ਇੰਤਜ਼ਾਮ ਵੀ ਕਰਨਾ, ਮਤਲਬ ਕਿ ਉੱਧਰ ਚਟਾਈ ਪਾਈ, ਉੱਧਰ ਚਟਾਈ ਅਤੇ ਪਲੇਟਾਂ ਵਗੈਰਾ ਉਹ ਵੀ ਇੰਤਜ਼ਾਮ ਸਾਰਾ, ਬੱਚਿਆਂ ਨੂੰ ਫਿਰ ਇਸ ਪਾਸੇ ਬੁਲਾਉਂਦੇ ਅਤੇ ਅੱਲਾ ਖੈਰ ਕਰੇ। ਅੱਛਾ ਜੀ, ਚਾਵਲ ਸਾਡੇ ਪਹੁੰਚ ਗਏ ਧੋ ਕੇ, ਜਿੰਨੇ ਕਿੰਨੇ ਖਾਣਾ ਹੋਵੇ ਉਹ ਪਈ ਟਾਈਮ ਦਾ ਆ ਜਾਵੇ, ਟਾਈਮ ਦਾ ਆ ਜਾਵੇ, ਹਾਂ ਜੁਮੇ ਦੀ ਨਮਾਜ਼ ਪੜ੍ਹ ਕੇ ਨਾ ਅੱਪੜ ਆਵੇ, ਉਦੋਂ ਤੱਕ ਅਸੀਂ ਡਾਇਨਿੰਗ ਟੇਬਲ ਤੇ ਰਹਿ ਕੇ ਅੱਪੜ ਜਾਵਾਂਗੇ ਐਵੇਂ ਨਾ। ਅੱਛਾ ਜੀ, ਦੇਖੋ ਮਾਸ਼ਾਅੱਲਾ ਚਾਵਲ ਬੜੇ ਵਧੀਆ ਅਤੇ ਬਹੁਤ ਹੀ ਪਿਆਰੇ ਬਣੇ, ਅੱਜ ਦੀ ਪਾਰਟੀ ਬੜੀ ਪਿਆਰੀ ਹੋਣ ਵਾਲੀ ਹੈ, ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ। ਹੁਣ ਅਸੀਂ ਲੱਗੇ ਹਾਂ ਦਮ ਦੇਣ, ਅਤੇ ਉੱਧਰ ਪਾਪਾ ਨੂੰ ਕਿਹਾ ਵੀ ਦੇਸ਼ ਕੀ ਚੁੱਕ ਕੇ ਲਿਆਓ, ਕਿਉਂਕਿ ਦੇਸ਼ ਕੀ ਕਾਫੀ ਵਜ਼ਨੀ ਹੈ, ਹੱਥਾਂ ਨਹੀਂ ਸੜਦੇ, ਸੜ ਕੇ ਬ੍ਰੇਕ ਲਾ ਲਓ ਇੱਕ ਵਾਰੀ, ਥੱਲੇ ਰੱਖ ਕੇ ਲਾ ਲਓ, ਪਾਣੀ ਲੈ ਕੇ ਚੱਲੀ ਅਤੇ ਬਾਕੀ ਸਮਾਨ ਵੀ ਹਜੇ ਲੈ ਕੇ ਜਾਣਾ। ਅਸੀਂ ਬਰਤਨ ਤਿਆਰ ਕਰ ਦਿੱਤੇ, ਨਾਲ ਟਰੇਆਂ ਥਾਲੀਆਂ, ਚੰਗ ਬਰਤਨ ਇਕੱਠੇ ਕਰਕੇ ਮੈਂ ਚਿਣ ਕੇ ਲਈ ਹੁੰਦੇ ਪਏ, ਆ ਜਾਓ। ਹਾਂ ਬੱਚੇ ਇੱਥੇ ਹੀ ਹੁਣੇ, ਇੱਕ ਵਾਰੀ ਪਾ ਕੇ ਰੱਖ ਦਿਆ ਨਾ, ਨਾਲੇ ਹਵਾ ਫਿਰ ਜਾਏਗੀ ਨਾ, ਅਤੇ ਫਿਰ ਸਾਰਿਆਂ ਨੂੰ ਸੱਦ ਲੈਂਦੇ, ਸਹੀ ਨਹੀਂ? ਅੱਛਾ ਜੀ, ਨਵੇਂ ਕਮਰੇ 'ਚ ਅਸੀਂ ਪਹੁੰਚ ਆਏ ਹਾਂ, ਹੁਣ ਅਸੀਂ ਨਾ ਆਪਣਾ ਕੰਮ ਲੱਗੇ ਹਾਂ ਸਟਾਰਟ ਕਰਨ, ਅਤੇ ਚਾਵਲ ਅਸੀਂ ਬਣਾ ਲਏ ਅਤੇ ਹੁਣ ਸਿਰਫ ਬੱਚਿਆਂ ਨੂੰ ਵੀ ਬੁਲਾ ਲਿਆ। ਮਾਸ਼ਾਅੱਲਾ ਜੀ, ਫਾਈਨਲੀ ਲੁੱਕ ਸਾਡੇ ਚਾਵਲਾਂ ਦੀ, ਹਾਂ ਚੈੱਕ ਕਰੋ, ਚਾਵਲ ਤਾਂ ਸਹੀ ਪੱਕੇ। ਮੈਨੂੰ ਕਹਿੰਦੇ ਸੀ ਇਹ 2 ਕਿਲੋ ਨਾ ਪਹਿਲੀ ਦਫਾ ਪਕਾਉਣ ਲੱਗੀ, ਕਿਉਂਕਿ ਨਾਲੇ ਸਾਡੀ ਫੈਮਿਲੀ ਜੋਨ ਵੀਕ ਆ, ਫਿਰ ਘਰ ਤਾਂ ਬਣਾਉਂਦੇ ਬਣਾਉਂਦੇ ਰਹੀਦਾ ਸੀਗਾ ਸ਼ਾਦੀ ਤੋਂ ਪਹਿਲਾਂ, ਹੁਣ ਜਿੰਨੀ ਫੈਮਿਲੀ ਪਿਓ ਉੱਨੀ ਕੁ ਸ਼ੈਫ ਬਣਾ, ਸਾਡੀ ਦੇਸ਼ ਕੀ ਛੋਟੀ ਸੀਗੀ ਹੈ ਜੀ, ਪਰ 2 ਕਿਲੋ ਸਾਡੀ ਇੱਜ਼ਤ ਰੱਖ ਗਈ।
अच्छा जी फाइनली असी थालियां चावलों दी पा लईआं ते हुण बच्चों दिने तरतीब नाल रख के कौन कौन है पिछे समान पिछे अच्छा जी लेटा लग गया अच्छा ओ उन्होंने ओ दो जने रह गई हैं ओहो तुसी फिर शिवान हाँ खाओ खाओ दूसरे बच्चे भी मैं बुलाया और भी काफी सारे बच्चे वो भी उन्हें पापा के प्लेटा रख बारह ही अच्छा जी माशाल्लाह सारे बच्चे अपने खूब सुभान लीजू पापा खाने बैठे अच्छा जी बच्चे भी देते ते हुण लगा मैं खान ते करो जी माशाल्लाह बहुत ही प्यारे चावल बने ते सारे चावल खान दे केवें दे बने सही बन गए बहुत वधिया बने ईशा दे पापा नूं बहुत ही खतरा सीगा कहिंदा दो किलो खा ओ ना होवे कि किने दा ना कम ना कर दवी मैं कहिंदा नहीं कम नहीं करदी अल्लाह बचा कर वाला सुबरा देश की इज्जत रख जो दम दे लेंगी मैं कहता पापा चल बाहर आ जा ये भी अल्लाह की तसल्ली से रह गए अच्छा जी कमेंट करके लाजमी दसना कि अज का ब्लॉग साडा कितना दा रहा ते बच्चे बहुत ज्यादा खुश है कमेंट करके लाजमी दसना भी साडे चावल किवें दे बने आलू ब्लॉग कैमरा चावल एक बारी मैं नजदीक करके चेक कराना हां जी चावल माशाल्लाह बहुत ही प्यारे चावल अच्छा जी टोटल सके साढ़े को 12-13 बच्चे 12-13 बच्चों ने भुगता के फिर भी असी इन्ने साढ़े को चावल बच गए तो ओके जी मिलते हैं नैक्सट ब्लॉग नाल ओके टाटा बाय।